ਅਸਲਾਮ ਅਲੈਕਮ, ਮੈਂ ਭਾਈ ਇਮਰਾਨ ਹਾਂ। ਅੱਜ 101 ਚੱਕ ਪਿੰਡ ਦੇ ਵਿੱਚ ਪਹੁੰਚਿਆ। ਅੱਲਾਹ ਪਾਕ ਜਿਹਨੂੰ ਚਾਹੇ ਇੱਜ਼ਤ ਦੇਵੇ, ਜਿਹਨੂੰ ਚਾਹੇ ਜ਼ਿਲ੍ਹਾ ਦੇਵੇ। ਇੱਕ ਐਸਾ ਇਵੈਂਟਸ ਜਿਹਦੇ ਵਿੱਚ 200 ਮੁਲਕ ਇਕੱਠੇ ਹੁੰਦੇ ਆ ਅਤੇ ਉਸ ਜਗ੍ਹਾ 'ਤੇ ਆ ਕੇ ਆਪਣੀ ਇੱਕ ਨਵਾਂ ਕਾਰਗਰਦਗੀ ਦਾ ਮੁਜ਼ਾਹਰਾ ਕਰਦੇ ਆ। ਅਤੇ ਇੱਕ ਐਸਾ ਮੁਲਕ ਜਿਹਨੇ ਕਿ 40 ਸਾਲ ਇਸ ਇਵੈਂਟ ਦਾ ਇੱਕ ਆਜ਼ਾਦ ਲੈਣ ਵਾਸਤੇ ਇੰਤਜ਼ਾਰ ਕੀਤਾ। ਬਹੁਤ ਸਾਰੇ ਇਵੈਂਟ ਦੇ ਵਿੱਚ ਖਿਲਾੜੀ ਸ਼ਿਰਕਤ ਕਰਦੇ ਆ, ਲੇਕਿਨ ਕਾਮਯਾਬੀ ਉਹਦੇ ਮੁਕਦਰ 'ਚ ਹੁੰਦੀ ਆ ਜਿਹੜਾ ਦਿਲੋਂ ਖੇਡਦਾ। ਅੱਜ ਪੰਜਾਬ ਦੀ ਧਰਤੀ ਦਾ ਉਹ ਜਵਾਨ ਹੀਰਾ ਜਿਹੜਾ ਕਿ ਆਪਣੇ ਜਨਮ ਲੈਣ ਵਾਲੇ ਪਿੰਡ 101 ਦੇ ਵਿੱਚ ਆ ਰਿਹਾ ਵਾ, 2012 ਤੋਂ ਆਪਣੀ ਐਥਲੀਟ ਦਾ ਆਗਾਜ਼ ਕਰਨ ਵਾਲਾ ਉਹ ਨਮੀਲ ਹੀਰਾ, ਜਿਹਨੇ ਕਿ ਬਗੈਰ ਕਿਤੇ ਸਰਕਾਰੀ ਜਾਂ ਨਿੱਜੀ NGOs ਦੇ ਸਹਾਰੇ ਤੋਂ ਬਗੈਰ ਆਪਣੀ ਹਿੰਮਤ ਦੇ ਨਾਲ ਇਸ ਸਟੇਜ 'ਤੇ ਕਰ ਉਹਨੇ ਆਪਣੇ ਆਪ ਨੂੰ ਮਨਵਾਇਆ ਕਿ ਅੱਜ ਸਾਰੇ ਲੋਕ ਅਰਸ਼ਦ ਨਦੀਮ ਦਾ ਇੱਕ ਬਿਆਨੀਆ ਕਸੇ ਹੋਏ ਆ। ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੰਟਰਨੈਸ਼ਨਲ ਇਵੈਂਟਸ ਨੂੰ ਜਿੱਤ ਕੇ ਉਹਨੇ ਪੂਰੀ ਦੁਨੀਆ 'ਤੇ ਆਪਣੀ ਧਾਕ ਵਟਾ ਦਿੱਤੀ। ਅੱਜ ਉਹ ਜਵਾਨ ਆਪਣੇ ਬਾਈ ਪਿੰਡ 'ਚ ਆ ਰਿਹਾ ਵਾ ਸਾਡੇ ਪਿੰਡ ਦਾ। ਅੱਛਾ ਜੀ, ਜਿੰਨੀ ਇੱਥੇ ਆਵਾਮ ਦੀ ਤਾਦਾਦ ਆ ਓਨਾ ਹੀ ਇੱਥੇ ਕਰੋੜ ਮੀਡੀਆ ਦਾ ਵਾ, ਅਤੇ ਹਰ ਛੋਟੇ ਛੋਟੇ ਬੱਚੇ ਆਪਣੇ ਹੀਰੋ ਦਾ ਇਸਤਕਬਾਲ ਕਰਨ ਵਾਸਤੇ ਆ ਕੇ ਖੜ੍ਹੇ ਆ। ਪੰਜਾਬ ਦੀ ਲੋਕ ਰਵਾਇਤ, ਪੰਜਾਬ ਦੀ ਸਕਾਵਤ, ਪੰਜਾਬ ਦਾ ਕਲਚਰ। ਪੰਜਾਬ ਦੇ ਵਿੱਚ ਯੂਨਿਟੀ ਨਜ਼ਰ ਆਉਂਦੀ ਆ। ਅੱਗੇ ਕੋਈ ਮੇਲਾ ਜਾਂ ਕੋਈ ਐਸਾ ਮਾਹੌਲ ਆਉਂਦਾ ਜਿਹਦੇ 'ਚ ਪੰਜਾਬ ਦੀ ਆਵਾਮ ਰਿਕਸ਼ ਕਰਦੇ ਨਜ਼ਰ ਆਉਂਦੀ ਆ। ਅੱਜ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਅਰਸ਼ਦ ਨਦੀਮ, ਜਿਹਦਾ ਕਿ ਇਸਤਕਬਾਲ ਤਾਰੀਖੀ ਹੋਣ ਜਾ ਰਿਹਾ ਵਾ, ਅਤੇ ਲੋਕ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਕਿ ਸਾਡੀ ਕੌਮ ਦਾ ਹੀਰੋ ਕਿਸ ਟਾਈਮ ਆਏਗਾ ਜਿਸ ਵਕਤ ਅਸੀਂ ਉਹਨੂੰ ਦੇਖਾਂਗੇ। ਔਰ ਕਿਆ ਤੁਹਾਨੂੰ ਕੀ ਲੱਗਦਾ, ਜਿਵੇਂ ਇਵੇਂ ਨਹੀਂ ਲੱਗਦਾ ਜਿਵੇਂ ਪੂਰਾ ਪਾਕਿਸਤਾਨ ਇੱਧਰ ਹੀ ਆ ਰਿਹਾ ਹੁੰਦਾ ਵਾ? ਭਾਅ ਜੀ, ਉਨੀ ਇਸ ਪਿੰਡ ਦੀ ਆਬਾਦੀ ਨਹੀਂ ਹੈਗੀ ਜਿੰਨੀ ਮਤਲਬ ਬਾਹਰੋਂ ਪਬਲਿਕ ਅਤੇ ਮੀਡੀਆ ਵਗੈਰਾ ਆ ਰਿਹਾ ਵਾ, ਅਤੇ ਵੈਸੇ ਖੁਸ਼ੀ ਦਾ ਦੇਣਾ ਮਨਾਉਣਾ ਚਾਹੀਦਾ ਭਾਅ ਜੀ, ਬੜੇ ਸਾਲਾਂ ਬਾਅਦ ਖੁਸ਼ੀ ਲੱਭੀ ਹੈ। 1 ਕਿਲੋਮੀਟਰ ਪਿੰਡ ਤੋਂ ਅਗਲੀ ਸਾਈਡ 'ਤੇ ਆ ਕੇ ਆਪਣਾ ਵੈਲਕਮ ਕਰ ਰਹੇ ਆ। ਜਿਵੇਂ ਕਿ ਪੰਜਾਬੀ ਦੀ ਬੜੀ ਮਸ਼ਹੂਰ ਆ ਮਿਸਾਲ ਹੈ ਕਿ ਸੱਜਾ ਨਾਵਾਂ ਚੇਖਿਆ ਕਰਨ, ਬਿਲਕੁਲ ਉਸ ਮਿਸਾਲ ਦੀ ਅਕਾਸੀ ਕਰਦੀ ਹੋਈ ਨਹੀਂ ਤਾਂ ਇੱਕ ਅੰਦਾਜ਼ ਆ ਕਿ ਰੁਕ ਕੇ ਉਹਨਾਂ ਨੇ ਨਹੀਂ ਇੰਤਜ਼ਾਰ ਕੀਤਾ ਬਲਕਿ ਅੱਗੇ ਚਲੇ ਗਏ। ਅਰਸ਼ਦ ਭਾਈ, ਆਪਾਂ ਜੋਗ ਦਾ ਜੋਗ ਇਕੱਠੀ ਹੋ ਗਈ ਆ, ਅਰਸ਼ਦ ਕਸ਼ਮੀਰ ਦਾ ਕਾਫਲਾ ਬਾਈ ਪਿੰਡ ਪਹੁੰਚ ਗਿਆ ਵਾ। ਅੱਜ ਦੇ ਦਿਨ ਨੂੰ ਸਾਡੇ ਇਕਬਾਲ ਦਾ ਸ਼ੇਰ ਬੜਾ ਯਾਦ ਆਇਆ ਕਿ ਹਜ਼ਾਰਾਂ ਸਾਲ ਇੱਕ ਦਮ ਕਿਸੇ ਨੂੰ ਨਹੀਂ ਪਿਆ, ਬੜੀ ਮੁਸ਼ਕਲ 'ਚ ਹੋ ਜਾ ਚੰਮਨ ਗੱਡੀ ਦਾ ਵਾਰ ਪੈਦਾ। ਅੱਜ ਦਾ ਉਹ ਦਿਨ ਜਿਹਦਾ ਕਿ ਪਾਕਿਸਤਾਨ ਨੇ 40 ਸਾਲ ਇੰਤਜ਼ਾਰ ਕੀਤਾ, ਅਤੇ ਫਿਰ ਜਾ ਕੇ ਅੱਜ ਦਾ ਦਿਨ ਮੌਕਾ ਮਿਲਿਆ ਅਤੇ ਅੱਜ ਮਿਲ ਕੇ ਜਸ਼ਨ ਮਨਾ ਰਿਹਾ ਅਰਸ਼ਦ ਨਦੀਮ ਦੀ ਫਤਿਹ ਦੀ ਸ਼ੁਰੂ ਦੇ ਵਿੱਚ। ਅਰਸ਼ਦ ਨਦੀਮ ਨੇ ਪਾਕਿਸਤਾਨ ਦਾ ਝੰਡਾ ਪੂਰੇ ਵਰਲਡ ਤੋਂ ਉੱਚਾ ਕੀਤਾ, ਦੇ ਵਿੱਚ ਉਹਨੇ ਆਪਣਾ ਇੱਕ ਉਹ ਕਾਰਨਾਮਾ ਸਰੰਜਾਮ ਦਿੱਤਾ ਜਿਹਦੇ ਵਾਸਤੇ ਪਾਕਿਸਤਾਨ 40 ਸਾਲਾਂ ਤੋਂ ਇੰਤਜ਼ਾਰ ਕਰ ਰਿਹਾ। ਅਰਸ਼ਦ ਭਾਈ ਜ਼ਿੰਦਾਬਾਦ। ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਹਨੇ ਇਸ ਸਟੇਜ 'ਤੇ ਸਾਬਤ ਕੀਤਾ ਕਿ ਇੱਕ ਜ਼ਾਤੀ ਖੇਲ ਆ, ਉਹਨੂੰ ਕਦੇ ਵੀ ਦਬਾਅ ਨਹੀਂ ਰੱਖਣਾ। ਉਹਦੇ 'ਚ ਜਿਹੜੀ ਅੰਦਰ ਨੇਚਰਲ ਐਕਟੀਵਿਟੀ ਸੀ ਉਹਨੇ ਪ੍ਰਵਾਨ ਚੜਾਉਣ ਵਾਸਤੇ ਆਪਣਾ ਜੋ ਵੀ ਤਨ ਮਨ ਦਾਨ ਕਰਵਾਨ ਕਰਨਾ ਸੀ ਉਹਨੇ ਕੀਤਾ। ਔਰ ਅੱਜ ਉਹਨੇ
ਓਲੰਪਿਕ ਦੇ ਵਿੱਚ 92.97 ਦਾ ਜਿਹੜਾ ਇੱਕ ਥਰੋ ਸਿੱਟਿਆ, ਉਹ ਉਹਨੇ ਦਿਖਾਇਆ ਕਿ ਇੰਦਾ ਦੁਲਹਾਨੇ ਜਿਹੜੇ ਪੰਜਾਬ ਦੀ ਇੱਕ ਧਰਤੀ ਆ, ਉਹ ਅੱਜ ਵੀ ਆਪਣੇ ਜਿਹੜਾ ਨਾ ਲੋਹਾ ਮਨਵਾਉਣ ਜਾਂਦੀ ਆ। ਕਿਸੇ ਵੀ ਮੈਦਾਨ ਦੇ ਵਿੱਚ ਪੰਜਾਬ ਕਿਸੇ ਤੋਂ ਘੱਟ ਨਹੀਂ ਹੈਗਾ। ਔਰ ਅੱਜ ਕੱਲ੍ਹ ਮਹਿੰਗਾਈ ਦੇ ਦੌਰ 'ਚ ਪਾਕਿਸਤਾਨ ਦੇ ਹਰ ਤਰਫ ਹਾਲਾਤ ਦੇ ਜਾਣੀ ਕਿ ਮੁਸ਼ਕਲਾਂ ਬੇਜੂਸੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਇੱਕ ਉਮੀਦ ਦਾ ਸਹਾਰਾ ਬਣਿਆ ਸਾਡਾ ਇਲਾਕੇ ਦਾ ਇੱਕ ਹੀਰਾ, ਸਾਡਾ ਵੀਰਾ ਅਰਸ਼ਦ ਨਦੀਮ, ਜਿਹਨੇ ਕਿ ਇੱਕ ਗੋਲਡ ਮੈਡਲ ਨਹੀਂ ਜਿੱਤਿਆ ਬਲਕਿ ਉਹਨੇ ਇੱਕ ਉਮੀਦ ਜਗਾਈ ਆ ਕਿ ਆਓ ਓਲੰਪਿਕਸ ਦੀ ਤੁਹਾਨੂੰ ਉਡੀਕਦੀ ਆ ਕਿ ਤੁਸੀਂ ਪਹੁੰਚੋ ਸਹੀ, ਆਪਣੇ ਜੋਹਰ ਦਿਖਾਓ ਤੁਸੀਂ, ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ।